peixe, cara. Olha aqui, ninguém. Ninguém. ਮੈਂ ਤੇਰੀਆਂ ਸੱਤ ਮੋਰੀਆਂ ਕਰਨੀਆਂ ਨੇ ਗੋਲੀ ਮਾਰ ਕੇ ਸੱਤ ਮੋਰੀਆਂ ਕਿਵੇਂ ਇੱਕ ਨਵੀਂ ਕਰਾਂਗੀ ਓਏ ਇਹਨੂੰ ਓਏ ਸਾਰੇ ਲੰਮੇ ਲੰਮੇ ਹੀ ਪਾਈ ਜਾਂਦੇ ਆ ਮੈਨੂੰ ਖੈਰ ਲੰਮਾ ਵੇ ਤੇਰੀ ਮੈਂ ਪੱਕ ਕੇ ਬਗਾ ਇਜਾਸ 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 ਕੀ ਆ ਜੰਮੀ ਜੀ ਅੰਮੀ ਜੀ ਕੇ ਕੀ ਕਿਨੂੰ ਕਿਨੂੰ ਤੂੰ ਮੇਰੀ ਅੰਮੀ ਆ ਮੈਂ ਤੇ ਹਰ ਬੰਦਾ ਕਵੇ ਇੱਧਰ ਆ ਸਟਿੰਗ ਪੀਣੀ ਹੁੰਦੀ ਸਾਲੀ ਮੰਗਦੀ ਨਹੀਂ ਓਏ ਬਦਮਾਸ਼ ਇਹੋ ਜੀ ਕੁੜੀ ਨੂੰ ਕੋਈ ਮੁੰਡਾ ਛੇੜੇ ਉਹਨੂੰ ਕਹਿੰਦੀ ਹੈ ਜ਼ਹਿਨ ਨਾ ਕਰੋ ਜ਼ਹਿਨ ਜ਼ਹਿਨ ਜਾਂਚ ਵੀ ਹੈ ਅੱਜ ਕਿ ਨਹੀਂ ਬੋਲਾ ਜੀ ਵੇਖ ਲਓ ਤੁਸੀਂ ਉਹ ਤੁਹਾਡਾ ਮਸ਼ੂਕ ਸੂਪ ਹੈ ਮੁਬਾਰਕ ਹੋਵੇ ਉਹਨੇ ਕੱਟਾ ਦਿੱਤਾ ਸੀ ਨਖੱਤੀ ਰਿਹਾ ਬੱਚਿਓ ਇਹ ਤਾਂ ਕਾਨੂੰਨ ਨੂੰ ਵੀ ਜ਼ਲੀਲ ਕਰਾਰ ਧਿਆਨ ਪੈ ਗਿਆ ਕੌਣ ਤੁਸੀਂ ਮੈਂ ਇਹਨਾਂ ਦੇ ਮਸ਼ੂਕਾਂ ਨੂੰ ਪੱਠੇ ਪਾਉਣਾ ਜੀ ਜੀ ਚੁੱਪ ਕਰ ਓਏ ਕੌਣ ਹੈ ਉਹ ਅਸਲ ਦੇ ਵਿੱਚ ਨਾ ਜੀ ਮੈਂ ਇੱਥੇ ਇਹਨਾਂ ਜਾਨਵਰ ਰੱਖੇ ਨੂੰ ਦੇਖਭਾਲ ਕਰਨਾ ਜੀ ਮੈਂ ਓਏ ਬਦਮਾਸ਼ ਮੇਰੇ ਮੁਕੱਦਰ ਵੇਖ ਮੈਨੂੰ ਥਾਣੇ ਛੱਡ ਦਿੱਤਾ ਉਹ ਕਿਉਂ ਉਹ ਮੈਨੂੰ ਖੁਰਕ ਪਈ ਸੀ ਉਹਨਾਂ ਕਿ ਸਾਰੇ ਕੈਦੀ ਜ਼ਲੀਲ ਹੋ ਜਾਣਗੇ ਕੰਮ ਕਰਦੀ ਉਹ ਤਾਂ ਹੀ ਉੱਪਰ ਸੀਗੇ ਰੱਖ ਕੇ ਕਦੀ ਘੋੜਾ ਤੇ ਕਦੀ ਸ਼ੇਰ ਤੇ ਕਦੀ ਇਹ ਸਾਡੇ ਨਾਲ ਗੱਲ ਕਰ ਇੱਥੇ ਲੱਤਾਂ ਨਾਲ ਕੁਰਸੀਆਂ ਤੇ ਰੱਖ ਸਾਨੂੰ ਫਿਲਮਾਂ ਨਾਲ ਵਿਖਾ ਸ਼ਦਾ ਹਨੇਰੇ 'ਚ ਬੈਠਾ ਤੇ ਮੇਰੇ ਤੋਂ ਵੀ ਕਾਲਾ ਹੈ ਕੋਈ ਨਾ ਲੱਗ ਜਾਂਦਾ ਕਿਸੇ ਹੋਰ ਨੂੰ ਹਾਂ ਬਈ ਓਏ ਅਸੀਂ ਬਦਮਾਸ਼ ਆ ਸਾਡੇ ਕੋਲ ਡਰ ਓਏ ਸਾਡਾ ਗਿਰੇਬਾਨ ਨਾ ਫੜ ਅਸੀਂ ਆਪ ਬੜੇ ਵੱਡੇ ਬਦਮਾਸ਼ ਆ ਅੱਲਾ ਦੀ ਰਹਿਮਤ ਦੇ ਨਾਲ ਓਏ ਅਸੀਂ ਤੇ ਆਪ ਪਹਿਲਾ ਕਤਲ ਹੀ 7 ਸਾਲ ਦੀ ਉਮਰ ਚ ਕਰ ਦਿੱਤਾ ਸੀ ਕਿਵੇਂ 7 ਸਾਲ ਦੀ ਉਮਰ ਚ ਮੈਂ ਕੋਟੇ ਤੋਂ ਕਿਸੇ ਦੀ ਜੋੜੀ ਦੇ ਨਾ 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 ਮੈਂ ਕੋਟੇ ਤੋਂ ਕਿਸੇ ਦੀ ਜੋੜੀ ਡਿੱਗ ਪਿਆ ਸਾਂ ਓਏ ਅੱਖ ਦੀ ਕੂਰੀ ਪਾਵਾਂ ਤੇ ਟੋਟੇ ਟੋਟੇ ਕਰਦੇ ਆ ਉਹ ਸਾਡੇ ਮੋਬਾਈਲ ਚ ਹੈ ਨਾ ਇਹਨੇ ਬਲਾ ਕਿੱਥੋਂ ਲਾਏ ਨੇ ਰਾਤੀ ਮੈਂ ਰਿਕਾਰਡ ਕੀਤੇ ਨੇ ਦੋਰ ਫਿਟੇ ਮੋਈਏ ਕਮੀਨੇ ਮੈਡਮ ਉਹ ਘੜੀ ਕਿਨੇ ਨਹੀਂ ਲਈ ਅਗਰ ਇਹ ਮੇਰੇ ਨਾਲ ਸੈੱਟ ਹੋ ਜਾਵੇ ਨਾ ਅੱਛਾ ਤੇ ਤੇਰੀ ਛੁੱਟੀ ਆ ਘੜੀ ਕਿਨੇ ਦੀ ਜੇ ਜਿਹਨੇ ਲੈ ਕੇ ਦਿੱਤੀ ਉਹਨੂੰ ਪੁੱਛ ਨਹੀਂ ਕਿਨੇ ਦੀ ਜੇ ਹੁਣ ਬੰਦਾ ਲੱਭਣਾ ਪੈਣਾ ਹੈਣ ਵੀ ਸਾਏ ਆਪ ਲਿੱਤੀ 5 ਲੱਖ ਦੀ 5 ਲੱਖ ਦੀ ਇਹ ਕਿ ਦਾਤੀ ਉਠੋ ਕੰਜਲੋ ਨਾ ਧੋ ਲਵੋ ਇਹੋ ਜੀ 8 ਘੜੀਆਂ ਵੀ ਆ ਜਾਣ ਤੁਹਾਨੂੰ ਸ਼ਰਮ ਨਹੀਂ ਆਉਣੀ ਸਿੱਧੋ ਉਹ ਕਿਹੜੀ ਮਸ਼ੂਕ ਨਹੀਂ ਹਾਂ ਇਹਦੀ ਮਾਂ ਹੈ ਅੰਮਾ ਨੂੰ ਕੀ ਕੀਤਾ ਅੰਦਰ ਵੀ ਕੋਈ ਕੰਮ ਵਹਾਇਆ ਉਹਨੇ ਇੱਥੇ ਵੀ ਵਹਾਇਆ ਅੰਮਾ ਉਹ ਤਾਂ ਬਿਲਕੁਲ ਹੀ ਐਵੇਂ ਬਿਲਾ ਵਜ੍ਹਾ ਹੀ ਫੁੱਲ ਕੇ ਫੇਰ ਰਹੇ ਨੇ ਨਾ ਉਹਨਾਂ ਨੇ ਕੁਝ ਕੀਤਾ ਨਾ ਕਰਾਇਆ ਅੱਬੇ ਹੋਰ ਕੀ ਕਰਦੇ ਆ ਟੈਰਾਂ ਦੀ ਦੁਕਾਨ ਸੀ ਉਹਨਾਂ ਦੀ ਉਹ ਤਾਂ ਸਾਰੀ ਟੋਪ ਨੂੰ ਸੋਜਾਂ ਪਾ ਗਏ ਨੇ ਸਾਰੀ ਜ਼ਿੰਦਗੀ ਜ਼ਮੀਨ ਤੇ ਸੁੱਤਾ ਹੋਣਾ ਬੈਠਦਾ ਤਾਂ ਬਾਕੀ ਜਗ੍ਹਾ ਹੀ ਪਾਣੀ ਬਚਦੀ ਸ਼ੁਕਰ ਕਰ ਮਾਂ ਦੀ ਬਾਹ ਤੋਂ ਬਚ ਗਈ ਥੱਲੇ ਆ ਜਾਂਦੀ ਤੇਰੇ ਆਨੇ ਸ਼ੁਕਰ ਕਰ ਮੈਂ ਕਿਹਾ ਮਾਂ ਤੋਂ ਲੈ ਤਾਂ ਸੁੱਤੀ ਹੈ ਤਾਂ ਹੀ ਚਵਲ ਦੀ ਹੈ ਤੂੰ ਤੇ ਬਦਮਾਸ਼ ਐਵੇਂ ਥੋੜੀ ਬਣ ਜਾਂਦਾ ਓਏ ਨਾ ਐਵੇਂ ਬਦਮਾਸ਼ ਜਿਹਨੂੰ ਮਾਂ ਪੂਰਾ ਸਾਇਆ ਨਾ ਹੋਵੇ ਨਾ ਕੋਲ ਆ ਤਾਂ ਵੀ ਆ ਫਿਰ ਬੰਦਾ ਅੱਗੇ ਮਜ਼ਾ ਹੀ ਲੈਂਦਾ ਆ ਮੈਂ ਮਜ਼ਾ ਕੋਈ ਨਹੀਂ ਕੀਤਾ ਹਲੇ ਤੱਕ ਚਲੋ ਝੂਠੀ ਹੈ ਨਾ ਮਾਰੀ ਆ ਸਾਡਾ ਵੀ ਲੈਣਾ ਆ ਚਿਹਰੇ ਦੀ ਰੌਣਕ ਗਵਾ ਜਾਏਗੀ ਆਪਾਂ ਝੂਠ ਬੋਲੇ ਕਿ ਤੇ ਆ ਜਿਹੜਾ ਮੈਂ ਸੱਚ ਕਹਿ ਰਹੀ ਹਾਂ ਮੇਰੇ ਹਲੇ ਵਿਆਹ ਵੀ ਨਹੀਂ ਹੋਇਆ ਉਹ ਸੌਣੀ ਬੰਦੀ ਬੰਦੀ ਅੱਜ ਦਾ ਰਸ ਜੀ ਜ਼ਿਆਦਾ ਲੱਗਿਆ ਪਹਿਲੇ ਕਾਰਟੂਨ ਵੇਂਦਾ ਰਹੇ
ਮੇਰੀ ਫੈਨੀ ਹੋ ਗਿਆ ਮੈਂ ਕੀ ਕਹਿ ਰਹੀ ਆ ਮੈਂ ਤੈਨੂੰ ਕੀ ਕਹਿ ਬੜਾ ਦਿਲ ਕਰਦਾ ਮੇਰਾ ਵਿਆਹ ਹੋਵੇ ਮੇਰਾ ਵੀ ਮੇਰੀ ਬੱਚੀ ਹੋਣ ਮੈਂ ਉਹਨਾਂ ਨੂੰ ਖਡਾਵਾਂ ਤੇ ਵਿਆਹ ਤੋਂ ਬਾਅਦ ਬੱਚੇ ਹੀ ਹੋਣੇ ਨੇ ਹੋਰ ਕੀ ਵੈਸ ਪੈ ਨਿਕਲਣ ਲੱਗ ਪੈਣੇ ਨੇ ਵਿਆਹ ਤੋਂ ਬਾਅਦ ਬੱਚੇ ਹੀ ਹੁੰਦੇ ਨੇ ਉਹ ਬਦਮਾਸ਼ਾ ਬੱਚੇ ਮੈਨੂੰ ਜਲਦੀ ਚਾਹੀਦੇ ਨੇ ਮੈਂ ਕਹਿੰਦੀ ਇੱਕ ਹਫ਼ਤੇ ਚ ਹੋ ਜਾਣ ਆਏ ਹਾਏ 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 ਤੂੰ ਬੰਦੇ ਦਾ ਇੰਤਜ਼ਾਮ ਕਰਨਾ ਚੁੱਪ ਵੀ ਕਰ ਨਾ ਯਾਰ ਦਾਕਾ ਨਾ ਰਿਸ਼ਤਾ 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 ਹਾਂਜੀ ਤੇ ਲੱਭੀ ਲੁੱਭੀ ਨਾ ਅਸੀਂ ਇੱਥੇ ਮਰਨ ਵਾਸਤੇ ਆਏ ਆ ਤੂੰ ਵਿੱਚੋਂ ਵਿਆਹ ਕਰਾ ਤੇ ਆਪਣਾ ਨਾਸ਼ਤਾ ਲਿਆ ਹਾਂਜੀ ਆਪਣੇ ਦੋਸਤ ਆਪਣੇ ਭਰਾ ਜਾਨੂ ਆਪਣੀ ਜਿਗਰ ਨੇ ਮੈਂ ਕਹਿ ਰਹੀ ਕੀ ਕਰ ਸਕਦਾ ਮੇਰੇ ਵਾਸਤੇ ਮੈਂ ਤੇਰੇ ਵਾਸਤੇ ਉਲਟੀਆਂ ਕਰ ਸਕਣਾ ਹੁਕਮ ਕਰ ਹੁਕਮ ਕਰ ਅਸੀਂ ਤੇਰੇ ਲਈ ਕੀ ਕਰੀਏ ਅੱਲਾ ਦੀ ਰਹਿਮਤ ਨਾਲ ਗੱਡੀ ਕੋਠੀ ਬੰਗਲਾ ਕਾਰ ਤੋਂ ਇਲਾਵਾ ਕੀ ਮੰਗਦੀ ਹੈ ਦੱਸ ਮੰਗ ਵਾਹ ਔਰ ਤੂੰ ਇਹ ਸਮਝ ਰਿਹਾ ਕਿ ਮੈਂ ਤੇ ਕੋਈ ਮੰਗਾਂਗੀ ਨਾ ਸੋਹਣਿਆ ਨਾ ਸਾਡੇ ਕੋਲ ਬਹੁਤ ਗੱਡੀਆਂ ਕੋਠੀਆਂ ਨੇ ਗੱਲ ਅਸੀਂ ਕਰਾਂਗੇ ਕੋਈ ਆਪਣੀਆਂ ਦੱਸ ਕਿੰਨੀਆਂ ਨੇ ਲੋਕਾਂ ਦਾ ਖੂਨ ਸਾਨੂੰ ਨਾ ਸੁਣਾ ਆਪਣੀ ਮਿਹਨਤ ਦਾ ਦੱਸ ਕੀ ਹੈ ਤੇਰੇ ਕੋਲ ਇੱਕ ਕਾਰ ਤੇ ਇੱਕ ਗੱਡੀ ਆ ਤੇ ਬਾਕੀ ਤੇ ਇੱਕ ਕਾਰ ਤੇ ਇੱਕ ਗੱਡੀ ਸਾਲੀ ਘੋਮੇ ਜੀ ਟੁੱਟ ਗਈ ਹੈ ਬਦਤਮੀਜ਼ ਹਾਂ ਬਈ ਤੂੰ ਸਮਝ ਲੈ ਕਿ ਤੇ ਕੁਛ ਇਹ ਮੰਗਾਂਗੇ ਨਹੀਂ ਜੇ ਸਾਨੂੰ ਦੇਣਾ ਚਾਹਨਾ ਹੈ ਤੇ ਇੱਜ਼ਤ ਦੇ ਓਏ ਤੇ ਤੇਰੀ ਲੁੱਟਣੀ ਹੈ ਅਸੀਂ ਓ ਖਾਲੂ ਮਰੋ ਉੱਥੇ ਲਾਈਏ ਰੂੜੀ ਦਾ ਕੁੱਤਾ ਬੇਹੋਸ਼ ਪਿਆ ਨੱਕ ਫੜ ਕੇ ਖਲੋ ਗਿਆ ਕੁੱਤਾ ਉੱਠ ਕੇ ਬਹਿ ਗਿਆ ਆਂਦਾ ਸਾਲਿਆ ਤੇਰੀ ਬੋਲ ਨਾਲ ਮੈਂ ਬੇਹੋਸ਼ ਹੋਇਆ ਸਿਆਲਕੋਟ ਸਵੀਟ ਵਾਲੇ ਦਾ ਨਾਂ ਸੁਣਿਆ ਹੀ ਆਹੋ 5 ਮਹੀਨੇ ਹੋ ਗਏ ਨੇ ਉਹਨਾਂ ਦੀ ਮਠਿਆਈ ਨਹੀਂ ਵੇਖ ਰਹੀ ਕਿਉਂ ਕੰਜਰ ਬਾਹਰ ਨਿਕਲ ਗਿਆ ਨਾ ਮੈਂ ਬਣਾਉਣਾ ਉਹ ਫਿਰ ਆਂਦੇ ਤੂੰ ਹੀ ਖਾ ਆ ਜਾ ਆ ਜਾ ਮੁਸਲਮਾਨੋ ਜਿਹੜੇ ਕੰਮ ਆਇਆ ਸ਼ੁਰੂ ਹੋਣ ਵਾਲਾ ਅੱਛਾ ਤੇ ਹੋਰ ਕਿੰਨੇ ਭੈਣ ਕਰਾਓ ਤੁਸੀਂ ਜਿੱਥੇ ਮਰਜ਼ੀ ਬਹਿ ਹੋਣਾ ਤੇ ਗੁਨਾਹ ਹੀ ਆ ਆਹੋ ਇਹ ਕਿਹੜੀਆਂ ਸੰਭਲੀ ਲੀਆਂ ਸੀਟਾਂ ਅੱਛਾ ਜੀ ਮਿਹਰਬਾਨੀ ਭਾਈ ਚਾਚੀ ਤੁਹਾਨੂੰ ਮੈਂ ਦਫਨਾ ਕੇ ਆਇਆ ਫਿਰ ਆ ਗਏ ਅੱਛਾ ਜੀ ਇਹ ਵੀ ਗੱਲ ਤਾੜੀ ਵਾਲੀ ਚਾਚੀ ਉਹ ਮੈਨੂੰ ਕਾਹਤੋਂ ਲੈ ਕੇ ਜਾਣਾ ਚਾਚੀ ਮੈਨੂੰ ਡਰਾਮਾ ਨਹੀਂ ਕਰਨਾ ਤੇ ਫਿਰ ਸ਼ੋਅ ਤੋਂ ਬਾਅਦ ਟਾਈਮ ਰੱਖ ਲਓ ਪੈਸੇ ਬੜੇ ਉਹਨਾਂ ਕੋਲ ਕਿਉਂ ਕਿਉਂ ਉਹ ਕਿਉਂ ਕੀ ਪੈਸੇ ਦੇ ਮੈਂ ਨਹੀਂ ਦੇਣੇ ਪੈਸੇ ਅਜੇ ਉਹ ਅਜੇ ਕਿਉਂ ਨਹੀਂ ਦੇਣਾ ਤੂੰ ਆ ਕਿਉਂ ਨਹੀਂ ਦੇਣਾ ਪੈਸੇ ਉਹਨੇ ਮੈਨੂੰ ਦਿੱਤੇ ਨੇ ਡਿਵੋਰਸ ਦਿੱਤਾ ਉਹਨੇ ਜੀ ਚਾਹੀਦਾ ਉਹਨੂੰ ਚਾਰ ਦੱਸ ਨਾ ਤੇਰੇ ਕਹਿਣ ਤੇ ਪੈਸੇ ਕਿਉਂ ਇਹ ਕੋਲ ਲਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਸਹੀ ਪਿਆ ਕਹਿੰਦਾ ਚੌਧਰੀ ਇਹਦੇ ਕੋਲ ਪੈਸੇ ਲੈ ਲੈ ਚੰਗੀ ਗੱਲ ਨਹੀਂ ਮੈਨੂੰ ਵਜ੍ਹਾ ਦੱਸ ਨਾ ਮੈਂ ਤੈਨੂੰ ਵਜ੍ਹਾ ਦੱਸ ਦੇ ਨਾ ਦੇਣਾ ਹੈ ਸੋਹਣੇ ਪੈਸੇ ਭਲਾ ਕਿਉਂ ਕਹਿ ਰਿਹਾ ਵਾਪਸ ਲੈ ਲੈ ਕਿਉਂ ਇੰਨਾ ਕੋ ਖੁਸ਼ ਰਹਿ ਨਹੀਂ ਸਾਡੇ ਲੱਗ ਪੈਸੇ ਸਹੀ ਗੱਲ ਉਰਾ ਕਰੋ ਪੈਸੇ ਉਹ ਤੂੰ ਕੰਮ ਹੀ ਕਰਨਾ ਤੈਨੂੰ ਕੀ ਬਹੁਤ ਅਜੇ ਕੰਮ ਕਰਨਾ ਉਹਦਾ ਘਰ ਮੈਂ ਕੁੜੀਆਂ ਵਾਸਤੇ ਪੈਸੇ ਦਿੱਤੇ ਨੇ ਤੈਨੂੰ ਉਹ ਖੁਸਰੇ ਛੱਡ ਕੇ ਕੁੜੀਆਂ ਜਾਣੀ ਆਹੋ ਉਹ ਮਰੇ ਚਿੱਕੜ ਚ ਵੜਨੀ ਤੇਰਾ ਖੁਸ਼ਕ ਸੌਦੇ ਆ ਚਿੱਕੜ ਸਾਲਾ ਫੜਾ ਪੈਸੇ ਤੂੰ ਹਾਂਜੀ ਇਹ ਕਲਾਛਾ ਕਾਕੂ ਆ ਲੈ ਫੜ ਖੈਰ ਹੋਵੇ ਪਸਾਲੇ ਅਸਲੀ 50 ਦੇ ਦੇ ਹਾਂ ਮੈਨੂੰ ਆ ਕਿੱਥੇ ਚੱਲਨੇ ਆ ਮੈਂ ਤੇਰੇ ਕੋ ਕੁੜੀਆਂ ਅਸਲੀ ਲੈ ਕੇ ਜਾਣੀਆਂ ਨੇ ਅਸਲੀ ਨੇ ਭਾਣ ਮੈਂ ਪਲਾਨਾ ਤੁਹਾਡੇ ਪੈਰਾਂ ਥੱਲੇ ਉਹ ਕਲੀਨ ਨਿਕਲ ਜਾਣਾ ਇਹ ਗੱਲ ਤੇ ਵਾਕਈ ਸਹੀ ਹੈ ਜਦੋਂ ਲੋੜ ਪਈ ਹੈ ਲੈ ਕੇ ਆਇਆ ਆ ਜੇ ਮਜੇ ਛੱਪਣ ਲਿਆ ਲੋ ਜੀ ਮੈਂ ਪਲਾਨਾ ਪਾਈ ਜੀ ਅਜੇ ਠਹਿਰ ਜਾ ਮੇਰੀ ਗੱਲ ਸੁਣੋ ਇਹਨੂੰ ਪੁੱਛ ਇਹ ਪੈਦਾ ਕਿੱਥੇ ਹੋ ਸੋ ਇਹ ਕੰਨ ਸਾਨ ਚ ਨਹੀਂ ਉੱਥੇ ਪੈਦਾ ਹੋਇਆ ਜਿੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਜਦੋਂ ਜੰਮਿਆ ਤੇ ਉਹ ਇਹਨਾਂ ਨੇ ਪੁੱਛਿਆ ਤਾਈ ਨੂੰ ਕਿੰਨੇ ਪੈਸੇ ਉਹਨੇ ਕਿਹਾ ਪੈਸਿਆਂ ਨੂੰ ਗੋਲੀ ਮਾਰ ਮੇਰੇ ਹੱਥ ਧਵਾ ਦੇ ਬਸ ਵੇ ਤੇ ਸਹੀ ਗਾਬ ਦੇ ਵਿੱਚ ਬਣਵਾਉਂਦਾ ਰਿਹਾ ਮੈਂ ਇਹੋ ਜਿਹੇ ਬੰਦੇ ਬੜੇ ਨਸੀਬਾਂ ਵਾਲੇ ਹੁੰਦੇ ਨੇ ਕੱਲ ਰੂੜੀ ਦੇ ਵਿੱਚੋਂ ਸਹੀ ਜੂਸ ਲੱਭਾ ਵੈੜਿਆ ਉਤੋਂ ਕਿਸਮਤ ਵੇ ਨੈਸਲੇ ਵਾਲਿਆਂ ਦਾ ਲੱਭਾ ਸੋ ਅੱਗੇ ਸ਼ਿਜਾਨ ਵਾਲਿਆਂ ਦਾ ਲੱਭਦਾ ਦੁਕਾਨਦਾਰ ਕੋਲ ਮਾਰ ਵੀ ਤੇ ਖਾਧੀ ਸੁਣੋ ਉਹਨੂੰ ਆਉਂਦਾ ਗਰਮ ਲੈ ਕੇ ਠੰਡਾ ਦੇ ਦੇ ਕੀ ਖਾਣਾ ਪੀਣਾ ਜੇ ਤੁਸੀਂ ਦੋਵੇਂ ਮੇਰੇ ਤੋਂ ਅੱਡੇ ਨੁਕਸ ਜੂ ਕੱਢਦੇ ਹੋ ਭੈ ਆਪਣੀ ਭੈਣ ਕਿਧਰੇ ਹੋਰ ਵਿਆਹ ਲਵੋ ਤੇਰੀ ਭੈਣ ਕੱਢਾ ਤੇਰੇ ਨਾਲ ਭੈਣ ਵਿਆਹ ਤੇ ਦਈਏ ਬੱਚੇ ਪੂਛੜਾ ਵਾਲੇ ਹੋਣੇ ਨੇ ਡੱਬ ਖੜੱਬੇ ਤੁਹਾਡੀ ਨਸਲ ਹੀ ਕੁੱਤੀ ਨਸਲ ਹੈ ਮੇਰੀ ਗੱਲ ਸੁਣੋ ਮੈਂ ਬੁਲਾਵਾਂ ਬਾਈ ਜੀ ਨੂੰ ਬੁਲਾ ਭਾਈ ਕੀ ਗੱਲ ਹੈ ਕਿਸ ਗੱਲ ਦਾ ਰੋਣਾ ਪਾਏ ਹਾਏ ਅਸਲਾਮ ਅਲੈਕੁਮ ਭਾਈ ਜੀ ਟੈਨਸ਼ਨ ਨਹੀਂ ਲੈਣੀ ਚਾਚੂ ਇਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਸ਼ੂਗਰ ਆ ਐ ਕਿਸੇ ਨੂੰ ਸ਼ੂਗਰ ਨਹੀਂ ਅੱਲਾ ਦਾ ਸ਼ੁਕਰ ਨਹੀਂ ਤੇ ਤੇਰੇ ਕੋਲ ਕਿਸੇ ਨੇ
ਪੁੱਛਿਆ ਸਾਲਿਆ ਉਹ ਤੇਰੀ ਭੈਣ ਕੱਢਾ ਟੋਰੇ ਮੌਣ ਅੱਖਾਂ ਨੀਵੀਆਂ ਕਰਕੇ ਗੱਲ ਕਰ ਅੱਖਾਂ ਨੀਵੀਆਂ ਸਾਲੀਏ ਨਹਾਉਣ ਲੱਗੀ ਹੈ